ਜਿਹੜਾ ਇਹ ਤਾਜ਼ਾ ਐਲਾਨ ਹੋਇਆ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਨਵੇਂ ਪਾਇਲਟ ਪ੍ਰੋਗਰਾਮ ਦਾ ਇੰਪਲੋਇਰਸ ਦੇ ਵਾਸਤੇ, ਇਸ ਤੋਂ ਬਾਰੇ ਇੱਕ ਵਾਰ ਵਿਸਥਾਰ ਵਿੱਚ ਦੱਸ ਦਿਓ ਹੈ ਕੀ ਹੈ ਤੇ ਕਿਹਨਾਂ ਨੂੰ ਇਸ ਨਾਲ ਫਾਇਦਾ ਹੋਵੇਗਾ? ਸ਼ੋਰ, ਇਹ ਰੈਕਗਨਾਈਜ਼ ਇੰਪਲੋਇਮੈਂਟ ਪ੍ਰੋਗਰਾਮ ਇੰਪਲੋਇਰ ਪ੍ਰੋਗਰਾਮ ਪਾਇਲਟ ਹੈਗਾ। ਇਹ ਹੈਗਾ ਜਿਹੜੇ ਇੰਪਲੋਈ ਇੰਪਲੋਇਰ ਔਲਰੇਡੀ ਘੱਟੋ ਘੱਟ 3 LMIA ਉਹਨੇ ਪਿਛਲੇ 5 ਸਾਲਾਂ ਦੇ ਵਿੱਚ ਲਏ ਹੋਣ, ਸੋ ਉਹਨੇ 3 ਵਾਰੀ ਅਪਲਾਈ ਕੀਤਾ ਹੋਵੇ LMIA ਵਾਸਤੇ। ਸੋ ਉਹ ਜਦੋਂ ਉਹ ਜੇ ਉਹ ਚਾਹੁੰਦੇ ਰੈਗੂਲਰਲੀ ਉਹਨਾਂ ਨੂੰ ਇੰਪਲੋਈਆਂ ਦੀ ਲੋੜ ਪੈਂਦੀ ਆ, ਉਹ ਟਰਸਟਡ ਇੰਪਲੋਇਰ ਸਟੈਟਸ ਨੂੰ ਅਪਲਾਈ ਕਰ ਸਕਦੇ। ਸੋ ਉਹਦਾ ਜਿਹੜਾ ਜ਼ਿਆਦਾ ਸਕਰੀਨਿੰਗ ਸਟੈਂਡਰਡ ਅਪ ਫਰੰਟ ਹੈਗੇ ਆ, ਔਰ ਉਹਨਾਂ ਦਾ ਪੁਰਾਣਾ ਰੈਕਡ ਵੀ ਪੂਰੀ ਤੌਰ ਉੱਤੇ ਵੈਰੀਫਾਈ ਕੀਤਾ ਜਾਊਗਾ। ਜੇ ਉਹ ਵੈਰੀਫਾਈ ਹੋ ਗਿਆ ਤਾਂ ਉਹ ਗੁੱਡ ਇੰਪਲੋਇਰ ਹੈਗੇ, ਉਹਨਾਂ ਦੇ ਸ਼ਿਕਾਇਤਾਂ ਨਹੀਂ, ਉਹਨਾਂ ਬਾਰੇ ਰੈਗੂਲਰਲੀ ਉਹਨਾਂ ਨੂੰ ਇੰਪਲੋਈ ਚਾਹੀਦੇ ਆ, ਉਹਨਾਂ ਨੂੰ ਫਿਰ ਉਹਨਾਂ ਦੀ ਜਿਹੜੀ LMIA 18 ਮਹੀਨੇ ਦੇ ਬਜਾਏ 3 ਸਾਲ ਦੀ LMIA ਹੋਊਗੀ। ਸੋ ਉਹ ਇੰਪਲੋਈ ਆਮ ਤੌਰ 'ਤੇ 2 ਸਾਲ ਦਾ ਵਰਕ ਪਰਮਿਟ ਲੱਗਦਾ, 2 ਸਾਲ ਤੋਂ ਬਾਅਦ ਜਦੋਂ ਨਹੀਂ ਰਿਨਿਊ ਕਰਨਾ ਉਹਨਾਂ ਨੂੰ ਵੇਟ ਨਹੀਂ ਕਰਨੀ ਪਊਗੀ ਕਿ ਇੰਪਲੋਇਰ ਕੋ ਆਲਰੇਡੀ ਨਵਾਂ LMIA ਮਿਲ ਗਿਆ ਕਿ ਨਹੀਂ ਮਿਲ ਗਿਆ। ਉਹ ਐਟਲੀਸਟ ਇੱਕ ਵਾਰੀ ਫਿਰ ਦੁਬਾਰਾ ਰਿਨਿਊ ਕਰ ਸਕਦੇ ਉਸ ਇੰਪਲੋਈਜ਼ ਨੂੰ। ਇਸੇ ਤਰ੍ਹਾਂ ਜੇ ਉਹਨਾਂ ਨੂੰ ਹੋਰ ਚਾਹੀਦੇ ਹੋਗੇ ਉਹਨਾਂ ਨੂੰ ਜਲਦੀ ਮਿਲ ਜਾ ਕਰਨਗੇ। ਸੋ ਇਹ ਨਵੀਂ ਐਲਾਨ ਆ, ਇਹ ਕਾਫੀ ਚਿਰ ਦੇ ਅਸੀਂ ਇੰਪਲੋਇਰ ਨੂੰ ਅੜੀਕ ਕਰਦੇ ਸੀਗੇ, ਔਰ ਇਹ September 2024-23 ਮੋਰਲੇ ਮਹੀਨੇ ਤੋਂ ਸ਼ੁਰੂ ਹੋਊਗਾ ਐਗਰੀਕਲਚਰ ਵਰਕਰ ਵਾਸਤੇ, ਜਿਹੜੇ ਪ੍ਰੋਡਿਊਸ ਸੈਕਸ਼ਨ ਦੇ ਵਿੱਚ ਕੰਮ ਕਰਦੇ, ਪ੍ਰੋਸੈਸਿੰਗ ਕਰਦੇ ਵਗੈਰਾ, ਜਾਂ ਫਾਰਮਰ 'ਚ ਕੰਮ ਕਰਦੇ ਆ ਈਅਰ ਰਾਊਂਡ ਉਹਨਾਂ ਵਾਸਤੇ। ਤਾਂ ਜਿਹੜੇ ਬਾਕੀ ਸੈਕਟਰ ਹੈਗੇ ਆ ਜਿਵੇਂ ਰੈਸਟੋਰੈਂਟਸ ਆ ਜਾਂ ਹੋਰ ਆ, ਇਹਨਾਂ ਲਈ January 2024 ਤੋਂ ਸ਼ੁਰੂਆਤ ਹੋਗੀ। ਜੀ, ਤੇ ਅਜਿਹੇ ਇੰਪਲੋਇਰਸ ਦੇ ਜਿਹੜੇ ਇਹ ਵਰਕਰ ਹੋਣਗੇ ਉਹਨਾਂ ਦੀ ਜੋ LMIA ਦੀ ਪੂਰੀ ਜੋ ਪ੍ਰੋਸੈਸਿੰਗ ਟਾਈਮ ਹੈ ਉਹ ਘੱਟ ਹੋਵੇਗਾ ਇਸ ਨਾਲ? ਨਹੀਂ, ਉਹ ਪ੍ਰੋਸੈਸਿੰਗ ਪਹਿਲੇ ਫਸਟ ਟਾਈਮ ਰਿਗਰੈਸ ਹੋਊਗਾ, ਜਿਵੇਂ ਆਪਾਂ ਨੈਕਸਸ ਕਾਰਡ ਲਈਦਾ ਜਦੋਂ ਬੋਰਡਰ ਕ੍ਰਾਸ ਕਰਨਾ, ਉਹਦੀ ਛਾਣਬੀਨ ਪਹਿਲਾਂ ਜ਼ਿਆਦਾ ਹੁੰਦੀ ਆ। ਜਦੋਂ ਤੁਸੀਂ ਇੱਕ ਵਾਰੀ ਕਲੀਅਰ ਕਰ ਲੈਂਦੇ ਆ ਤਾਂ ਤੁਹਾਡਾ ਕੋਈ ਰੈਕਡ ਨਹੀਂ ਹੈਗਾ, ਤੁਹਾਡਾ ਸਿਕਿਉਰਿਟੀ ਕਲੀਅਰੈਂਸ ਵਗੈਰਾ ਠੀਕ ਹੁੰਦਾ ਤਾਂ ਤੁਹਾਨੂੰ ਫਿਰ ਉਹ ਰੈਪਿਡਲੀ ਤੁਸੀਂ ਬੋਰਡਰ ਕ੍ਰਾਸ ਕਰ ਸਕਦੇ। ਇਹ ਸਿਮਿਲਰ ਚੀਜ਼ ਹੈ। ਸੋ ਪਹਿਲਾਂ ਤੁਹਾਨੂੰ ਸਕਰੀਨਿੰਗ ਵੱਧ ਹੋਊਗੀ ਜਿਹੜਾ ਇੰਪਲੋਇਰ ਕਰਨਗੇ, ਪਰ ਉਸ ਤੋਂ ਬਾਅਦ ਉਹਦੀ ਸਿਖਾਲਾ ਹੋਊਗਾ। ਸੋ ਉਹਨਾਂ ਨੂੰ ਅਗੈਨ ਜਿਹਨਾਂ ਨੂੰ ਹੋਰ ਇੰਪਲੋਈ ਚਾਹੀਦੇ ਹੋਗੇ ਉਹ ਸਿਖਾਲਾ ਹੋਊਗਾ। ਉਹਨਾਂ ਦਾ ਮੇਨ ਚੀਜ਼ ਹੈ ਕਿ ਉਹਨਾਂ ਦਾ LMIA 3 ਸਾਲ ਦੀ ਹੋਊਗੀ ਸਮੇਂ 18 ਮਹੀਨੇ ਦੀ ਬਜਾਏ। ਸੋ ਇਹ ਟਾਈਪ ਆਫ ਡਿਫਰੈਂਸ ਹੋਊਗਾ। ਸੋ ਪਹਿਲਾਂ ਉਹਨਾਂ ਨੂੰ, ਔਰ ਉਹਨਾਂ ਦਾ ਚੋਇਸ ਹੋਊਗੀ ਜੇ ਉਹ ਇਸ ਪ੍ਰੋਗਰਾਮ 'ਚ ਆਉਣਾ ਚਾਹੁੰਦੇ ਉਹ ਸਪੈਸ਼ਲੀ ਅਪਲਾਈ ਕਰ ਲੈਣ, ਜੇ ਉਹਨਾਂ ਦਾ ਰੈਕਡ ਗੁੱਡ ਆ ਅਤੇ ਉਹ ਉਹਨਾਂ ਨੂੰ ਇਹ 3 ਸਾਲ ਦੇ ਮਿਲਿਆ ਕਰਨਗੇ। ਜੇ ਉਹ ਰੈਗੂਲਰ ਸਟ੍ਰੀਮ ਨਾਲ ਜਾਣਾ ਫਿਰ ਉਹਨਾਂ ਦਾ ਸ਼ਾਇਦ ਟਾਈਮ ਲਾਈਨ ਕੁਇਕਰ ਹੋਊਗੀ, ਪਰ ਉਹਨਾਂ ਨੂੰ ਉਹ ਜਿਹੜੇ 18 ਮਹੀਨੇ ਵਾਲੇ LMIA ਮਿਲਣਗੇ। ਜੀ, ਤੇ ਇਸ ਤਰ੍ਹਾਂ ਹੀ ਜਿਵੇਂ ਕਿ 3 ਸਾਲ ਦੇ ਵਰਕ ਪਰਮਿਟ ਦੇ ਨਾਲ ਜਿਹੜੇ ਉਹ ਇੰਪਲੋਈ ਨੇ ਉਹਨਾਂ ਨੂੰ ਵੀ ਫਾਇਦਾ ਹੋਣਾ ਹੈ, ਤਾਂ ਫਿਰ ਅਜਿਹੇ ਵਿੱਚ ਜਿਹੜੇ ਇਨਸਾਈਡ ਕੈਨੇਡਾ ਨੇ ਇਹ ਉਹਨਾਂ ਦੇ ਲਈ ਹੀ ਹੈ ਜਾਂ ਫਿਰ ਜਿਹੜੇ ਕੈਨੇਡਾ ਤੋਂ ਬਾਹਰ ਤੋਂ ਜਿਹਨਾਂ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਵਾਸਤੇ ਵੀ ਹੋਵੇਗਾ? ਸੋ ਦੇਖੋ, ਇੰਪਲੋਈ ਨੂੰ 2 ਸਾਲ ਦਾ ਮਿਲਣਾ ਜੋ ਉਹਨਾਂ ਦਾ ਰੈਗੂਲਰ ਹੈਗਾ, ਇੰਪਲੋਇਰ ਨੂੰ LMIA 3 ਸਾਲ ਦੀ ਮਿਲਣੀ ਹੈ। ਸੋ ਉਹਨੂੰ ਜੇ ਫੋਰ ਐਗਜ਼ਾਮਪਲ ਉਹ 10 ਵਰਕਰ ਦੀ ਲੋੜ ਆ, ਉਹਨੂੰ 3 ਸਾਲ ਵਾਸਤੇ ਵੈਲਿਡ 10 ਵਰਕਰਾਂ ਦਾ ਹੋਊਗਾ। ਸੋ ਜੇ ਉਹਨੂੰ ਰਾਈਟ ਵੇ 10 ਮਿਲ ਗਿਆ, ਉਹ 2 ਸਾਲ ਕੰਮ ਕਰ ਲਿਆ, ਉਹ ਹੀ ਰਿਨਿਊ ਕਰ ਸਕਦੇ ਜੇ ਉਹਨੇ ਵਾਪਸ ਆਉਣਾ ਅਗਲੇ ਆਉਣ ਵਾਲੇ 2 ਸਾਲਾਂ ਲਈ, ਕਿਉਂਕਿ LMIA ਉਦੋਂ ਵੈਲਿਡ ਚਾਹੀਦੀ ਆ ਜਦੋਂ ਤੁਸੀਂ ਵਰਕ ਪਰਮਿਟ ਦੇ ਰਹੇ, ਪਰ ਉਹ ਬੇਸ਼ੱਕ ਉਹ ਤੋਂ ਬਾਅਦ ਐਕਸਪਾਇਰ ਹੋ ਜਾਵੇ ਜੇ ਵਰਕ ਪਰਮਿਟ ਜਦੋਂ ਤੁਸੀਂ ਲਿਆ ਉਦੋਂ ਹੋਣਾ। ਸੋ ਅਸੈਂਸ਼ਲੀ 4 ਸਾਲ ਦੇ ਲੋਕ ਕੰਮ ਕਰ ਸਕਦੇ ਉਹਨਾਂ ਵਾਸਤੇ, ਪਰ ਉਹਨਾਂ ਕੋਲ 3 ਸਾਲ ਹੈਗੇ ਹਾਇਰ ਕਰਨ ਵਾਸਤੇ, ਜੇ ਕੋਈ ਛੱਡ ਗਿਆ ਤਾਂ ਹੋਰ ਲੈਣਾ, ਉਹਨਾਂ ਨੂੰ ਹੋਰ ਇੰਪਲੋਈ ਲੈ ਸਕਦੇ। ਇਸੇ ਤਰ੍ਹਾਂ ਜੇ ਉਹਨੇ ਹੋਰ ਐਡ ਕਰਨੇ 10 ਉਹਨਾਂ ਕੋਲ ਪਹਿਲਾਂ ਆ, ਉਹ ਟਰਸਟਡ ਇੰਪਲੋਇਰ ਹੈਗੇ ਆ, ਉਹਨਾਂ ਨੂੰ ਕੰਮ ਵਧਾਇਆ ਗਿਆ, ਉਹਨਾਂ ਦਾ ਫੈਕਟਰੀ ਵੱਧ ਗਈ ਜਾਂ ਕੋਈ ਠੇਕਾ ਹੋਰ ਮਿਲ ਗਿਆ ਉਹਨਾਂ ਨੂੰ, ਤਾਂ ਉਹਨਾਂ ਨੂੰ 10 ਹੋਰ ਇੰਪਲੋਈ ਚਾਹੀਦੇ ਆ, ਉਹਨਾਂ ਨੂੰ ਜਲਦੀ ਮਿਲ ਜਾ ਕਰਨਗੇ, ਕਿਉਂਕਿ ਉਹਨਾਂ ਦਾ ਜਿਹੜਾ ਆਲਰੇਡੀ ਕਾਇੰਡ ਆਫ ਪ੍ਰੀ ਅਪਰੂਵਡ ਆ ਕਿ ਉਹ ਇੰਡਸਟਰੀ ਦੇ ਵਿੱਚ ਲੈਕਿੰਗ ਆ, ਔਰ ਉਹਨਾਂ ਨੂੰ ਉਹਨਾਂ ਦਾ ਕੰਪਲਾਇੰਸ ਲੈਵਲ ਉਹ ਹਾਈ ਹੈਗਾ। ਜੀ, ਤੇ ਵਰਕ ਪਰਮਿਟ ਦਾ ਸਮਾਂ ਤਾਂ ਉਹੀ ਰਹੇਗਾ? ਉਹ ਹੀ ਰਹੇਗਾ, ਹਾਂਜੀ।